ਅਸੀਂ ਹੁਣੀ ਐਂਟਰ ਕੀਤਾ ਸੀ ਬਾਕੀ ਲਾਈਨ ਅਸੀਂ ਅਸੀਂ ਪਹਿਲਾਂ 10 ਮਿੰਟ ਦੀ ਵਾਚ ਕਰ ਰਹੇ ਸੀਗੇ ਗੱਲ ਇਹ ਆ ਅਸੀਂ ਵਾਚ ਕਰ ਰਹੇ ਸੀਗੇ ਤਾਂ ਦੇਖਿਆ ਕਿ ਉਹ ਮੁੰਡਾ ਨਿਕਲ ਰਿਹਾ ਇਹਦਾ ਦੇਖਿਆ ਵੀ ਭਾਈ ਤੇਰੀ ਪਰਚੀ ਪੁਰਚੀ ਕਿੱਥੇ ਤੇਰੇ ਕੋਈ ਰਿਕਾਰਡ ਮੇਨਟੇਨ ਕੀਤਾ ਇਹ ਕਹਿੰਦਾ ਜੀ ਕੁਛ ਨਹੀਂ ਮੇਰਾ ਕੋਈ ਕਾਰਡ ਨਹੀਂ ਹੈਗਾ ਮੈਂ ਸਿੱਧੀ ਦਵਾਈ ਲੱਤੀ ਆ ਅਤੇ ਫਿਰ ਅਸੀਂ ਇਹਨੂੰ ਬਿਠਾਇਆ ਇੱਕ ਦੋ ਬੰਦੇ ਹੋਰ ਵੀ ਖੜੇ ਸੀ ਪਰ ਉਹਨਾਂ ਨੂੰ ਹਜੇ ਮੈਡੀਸਨ ਲਈ ਨਹੀਂ ਸੀ ਉਹਨਾਂ ਕੋਲ ਕਾਰਡ ਹੈ ਨਹੀਂ ਸੀ ਉਹ ਕਹਿੰਦੇ ਅਸੀਂ ਕਾਰਡ ਬਣਾਉਣਾ ਹੈ ਬਾਅਦ 'ਚੋਂ ਇਹ ਕਹਿੰਦੇ ਤੁਹਾਡਾ ਕੋਈ ਕਾਰਡ ਬਣਿਆ ਹੋਇਆ ਜੀ ਸਤਿ ਸ਼੍ਰੀ ਅਕਾਲ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਜਲਾਲਾਬਾਦ ਤੋਂ ਆ ਰਹੀ ਹੈ ਜਲਾਲਾਬਾਦ ਇੱਕ ਨਿੱਜੀ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਰੇਡ ਹੋਈ ਹੈ ਰੇਡ ਵਿਧਾਇਕ ਗੋਲਡੀ ਕੰਬੋਜ ਦੇ ਵੱਲੋਂ ਕੀਤੀ ਗਈ ਹੈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਕੀ ਹੈ ਇੱਥੇ ਚੀਜ਼ਾਂ ਨਜ਼ਰ ਆਈਆਂ ਜੋ ਕਿ ਕੁਤਾਹੀਆਂ ਜਿਸ ਨੂੰ ਅਸੀਂ ਕਹਾਂਗੇ ਉਹ ਨਜ਼ਰ ਆਈਆਂ ਪੇਸ਼ੈਂਟਾਂ ਨੂੰ ਬਿਨਾਂ ਪਰਚੀ ਦੇ ਜਿਹੜੀ ਹੈ ਦਵਾਈ ਦਿੱਤੀ ਜਾ ਰਹੀ ਹੈ ਚੰਡੀਗੜ੍ਹ ਤੋਂ ਟੀਮ ਆਈ ਹੈ ਜਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਵਿਧਾਇਕ ਵੀ ਇੱਥੇ ਮੌਜੂਦ ਨੇ ਗੋਲਡੀ ਕੰਬੋਜ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਸਰ ਕਿਸ ਤਰ੍ਹਾਂ ਦੀ ਜਿਹੜੀ ਹੈ ਇੱਥੇ ਰੇਡ ਇਸ ਟਾਈਮ ਚੱਲ ਰਹੀ ਦੇਖੋ ਜਿਵੇਂ ਪਤਾ ਲੱਗਿਆ ਅਫਸਰ ਸਭਾ ਨੇ ਦੱਸਿਆ ਵੀ ਇੱਥੇ ਬਿਨਾਂ ਪਰਚੀਆਂ ਤੋਂ ਲੋਕਾਂ ਨੂੰ ਜਿਹੜੀ ਟੈਬਲੇਟ ਦਿੰਦੇ ਆ ਅਦਰਵਾਈਜ਼ ਡਾਕਟਰ ਸੈਕਟਰੀ ਡਾਕਟਰ ਆਉਂਦੇ ਆ ਉਹ ਦਿੰਦੇ ਆ ਬਟ ਬਹੁਤ ਮਾੜੀ ਗੱਲ ਹੈ ਜੋ ਇਹਨਾਂ ਦਾ ਬਣਦਾ ਕਸੂਰ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਉਲਟੀ ਜੀ ਪਿਛਲੀ ਸਰਕਾਰ ਦੇ ਵਿੱਚ ਤੜਾ ਤੜਿਆ ਵਜੇ ਸੈਂਟਰ ਜਿਹੜੇ ਖੁੱਲ੍ਹੇ ਆ ਹੁਣ ਜਿਹੜਾ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਕਿਸ ਤਰ੍ਹਾਂ ਦੇ ਨਾਲ ਕੁਤਾਹੀਆਂ ਕੀਤੀਆਂ ਜਾ ਰਹੀਆਂ ਔਰ ਬਿਨਾਂ ਸਾਈਕਾਟ੍ਰਿਸਟ ਦੇ ਜਿਹੜੀਆਂ ਮੈਡੀਸਨ ਦਿੱਤੀਆਂ ਜਾ ਰਹੀਆਂ ਕੀ ਤੁਹਾਨੂੰ ਲੱਗਦਾ ਕਿ ਸ਼ੈਲਟਰ ਸੀਗਾ ਕਿਤੇ ਨਾ ਕਿਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜਾ ਹੁਣ ਖਤਮ ਹੋਇਆ ਇਹਨਾਂ ਲੋਕਾਂ 'ਤੇ ਵੇਖੋ ਹਾਲੇ ਤੁਸੀਂ ਵੇਟ ਕਰਿਓ ਬਹੁਤ ਕੁਛ ਹੋਣ ਵਾਲਾ ਜਿਹੜਾ ਪਿਛਲੀਆਂ ਸਰਕਾਰਾਂ ਦੀ ਧਾਂਦਲੀ ਸੀ ਉਹ ਆਮ ਆਦਮੀ ਪਾਰਟੀ 'ਚ ਨਹੀਂ ਹੋਊਗੀ ਆਮ ਆਦਮੀ ਪਾਰਟੀ ਲੋਕਾਂ ਨੂੰ ਬਚਾਉਣ ਵਾਸਤੇ ਆਈ ਹੈ ਕਿ ਲੋਕਾਂ ਨੂੰ ਮਾਰਨ ਵਾਸਤੇ ਆਈ ਹੈ ਇਹੋ ਜਿਹੀਆਂ ਸਰਕਾਰਾਂ ਜਿਹੜੀ ਲੋਕਾਂ ਨੇ ਬਣਾਈਆਂ ਜਿਨ੍ਹਾਂ ਨੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਹੈ ਪਰ ਜੇ ਇਹੋ ਜਿਹੇ ਲਾਲਚ ਚੱਲਣਗੇ ਮੈਂ ਆਪਦੇ ਵੱਲ ਖਿੱਚਦ ਨਹੀਂ ਇਹੋ ਜਿਹਾ ਕੰਮ ਚੱਲਣ ਦੂੰਗਾ ਜਿਹਦੇ ਨਾਲ ਸਾਡੇ ਨੌਜਵਾਨ ਨੂੰ ਸਾਡੇ ਲੋਕਾਂ ਨੂੰ ਕੋਈ ਪ੍ਰੋਬਲਮ ਆਉਂਦੀ ਅੱਜ ਤੁਸੀਂ ਜਦ ਇੱਥੇ ਪਹੁੰਚੇ ਇੱਕ ਨੌਜਵਾਨ ਮਿਲਿਆ ਸੀ ਤਾਂ ਕੀ ਪਹਿਲੀ ਨਜ਼ਰ ਦੇ ਵਿੱਚ ਕੀ ਮਾਮਲਾ ਸਾਹਮਣੇ ਆਇਆ ਵੇਖੋ ਪਤਾ ਲੱਗਿਆ ਵੀ ਕਹਿੰਦੇ ਉਹਦੇ ਬਿਨਾਂ ਉਹਦੇ ਤੋਂ ਟੈਬਲੇਟ ਦੇ ਰਹੇ ਆ ਪਰ ਇਹਦੀ ਕਾਰਵਾਈ 100% ਹੋਣੀ ਚਾਹੀਦੀ ਹੈ ਜੋ ਇਹਨਾਂ ਨੇ ਹਾਲਾਤ ਕਰੇ ਬਿਲਕੁਲ ਇਹ ਸਨ ਵਿਧਾਇਕ ਗੋਲਡ ਕੰਬੋਜ ਜੋ ਕਿ ਮੌਕੇ 'ਤੇ ਆਪ ਖੁਦ ਪਹੁੰਚੇ ਨੇ ਔਰ ਪੇਸ਼ੈਂਟ ਨੂੰ ਬਿਨਾਂ ਪਰਚੀ ਦੇ ਜਿਹੜੀ ਕਿ ਦਵਾਈ ਦਿੱਤੀ ਜਾ ਰਹੀ ਸੀ ਚੰਡੀਗੜ੍ਹ ਤੋਂ ਟੀਮ ਜਿਹੜੀ ਹੈ ਉਹ ਪਹੁੰਚੀ ਹੋਈ ਹੈ ਡਾਕਟਰ ਸਾਹਿਬ ਇੱਕ ਮਿੰਟ ਚੰਡੀਗੜ੍ਹ ਤੋਂ ਟੀਮ ਪਹੁੰਚੀ ਹੋਈ ਹੈ ਟੀਮ ਦੇ ਵੱਲੋਂ ਜਿਹੜਾ ਕੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਬਿਨਾਂ ਸਾਈਕੈਟ੍ਰਿਸਟ ਦੇ ਬਿਨਾਂ ਮੈਡੀਸਨ ਜਿਹੜੀ ਆ ਉਹ ਕਿਸ ਤਰ੍ਹਾਂ ਨਾਲ ਦਿੱਤੀ ਜਾ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਬੂਫਨ ਗੋਲੀ ਹੈ ਜਿਹੜੀ ਕਿ ਜੀਭ ਥੱਲੇ ਰੱਖਣ ਵਾਲੀ ਗੋਲੀ ਹੈ ਜੋ ਲੋਕ ਨਸ਼ਾ ਕਰਦੇ ਨੇ ਉਹਨਾਂ ਵਾਸਤੇ ਜਿਹੜੀ ਇਹ ਗੋਲੀ ਹੁੰਦੀ ਹੈ ਔਰ ਅਕਸਰ ਹੀ ਜਿਹੜਾ ਹੈਗਾ ਇਹ ਗੋਲੀ ਨੂੰ ਲੈ ਕੇ ਜਿਹੜੇ ਵਿਵਾਦ ਹੈ ਉਹ ਦਿਖਦੇ ਰਹੇ ਆ ਵਿਵਾਦ ਜਿਹੜੇ ਆ ਉਹ ਸ਼ਾਮਿਲ ਹੁੰਦੇ ਰਹੇ ਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਹਸਪੀਟਲ ਦੇ ਵਿੱਚ ਰੇਡ ਹੋਈ ਹੈ ਸ਼ੁਰੂਆਤੀ ਤੌਰ 'ਤੇ ਇੱਕ ਪੇਸ਼ੈਂਟ ਜਿਹੜਾ ਉਹ ਮਿਲਿਆ ਜਿਸ ਨੂੰ ਕਿ ਬਿਨਾਂ ਪਰਚੀ ਤੋਂ ਦਵਾਈ ਦਿੱਤੀ ਜਾ ਰਹੀ ਸੀ ਫਿਲਹਾਲ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਜਾਰੀ ਹੈ